ਪੰਜਾਬ ਸਾਡੀ ਟੀਮ ਬਣੇ, ਸਾਡਾ ਢਾਂਚਾ ਬਣੇ, ਤਾਂ ਕਿ ਜਦੋਂ ਵੀ ਕਿਤੇ ਕੋਈ ਲੋੜ ਪੈਂਦੀ ਹੈ ਕਿਸੇ ਮਸਲੇ ਦੇ ਉੱਤੇ, ਤਾਂ ਆਪਾਂ ਸਾਰੇ ਪੰਜਾਬ ਜਵਾਕਾਂ ਨੂੰ ਲੈ ਕੇ ਸਾਡੇ ਨਾਲ ਭਾਈਏ ਹੈ, ਨਾਰਾ ਸਾਡੇ ਜਵਾਕਾਂ ਨੂੰ ਚੰਗਾ ਮਾਰਦੀ ਆ। ਜਿਹੜਾ ਨਵਾਂ ਸੰਸਾਰ ਦਾ, ਜਿਹੜੇ ਨਵਾਂ ਸੰਸਾਰ ਦੇ ਕਾਰਪੋਰੇਟਾਂ ਦਾ ਹੁਕਮ ਹੈ, ਨਵਾਂ ਉਹ ਸਟੇਟ ਦਾ ਏਜੰਸੀਆਂ ਦਾ ਹੁਕਮ ਹੈ, ਨਵਾਂ ਉਸ ਘਰਾਣਿਆਂ ਦਾ ਹੁਕਮ ਹੈ ਜਿਹੜੇ ਪੂਰੀ ਦੁਨੀਆਂ ਨੂੰ ਆਪਣੇ ਕਾਬੂ ਚ ਕਰਨਾ ਚਾਹੁੰਦੇ ਆ। ਉਹਨਾਂ ਨੇ ਭੋਜਨ ਤੇ ਕਿਵੇਂ ਕਬਜ਼ਾ ਕਰਨਾ, ਕਿਵੇਂ ਪਾਣੀਆਂ ਤੇ ਕਬਜ਼ਾ ਕਰਨਾ, ਕਿਵੇਂ ਬੋਲੀ ਤੇ ਕਬਜ਼ਾ ਕਰਨਾ, ਕਿਵੇਂ ਸੋਚ ਤੇ ਕਬਜ਼ਾ ਕਰਨਾ, ਕਿਵੇਂ ਸਰੀਰਾਂ ਤੇ ਕਬਜ਼ੇ ਕਰਨੇ ਆ, ਇਹ ਉਹ ਨਿਊ ਵਰਲਡ ਆਰਡਰ ਹੈ। ਸੋ ਇਸ ਕਰਕੇ ਅਸੀਂ ਪਿੰਡਾਂ ਚ ਆਏ ਹਾਂ ਕਿ ਸਾਡੇ ਮਹਾਤਮਾ ਨੂੰ ਨਹੀਂ ਪਤਾ ਹੁੰਦਾ ਵੀ ਨਿਊ ਵਰਲਡ ਆਰਡਰ ਕੀ ਹੈ, ਇਹ ਕਿੱਥੋਂ ਨੀਤੀਆਂ ਲਾਗੂ ਹੁੰਦੀਆਂ ਨੇ, ਇਹਦੇ ਪਿੱਛੇ ਕੌਣ ਲੋਕ ਕੰਮ ਕਰਦੇ ਨੇ। ਸੋ ਮੈਂ ਬਾਈ ਸ਼੍ਰੀ ਆਈ ਨੂੰ ਕਹੂੰਗਾ ਵੀ ਗੱਲ ਸੁਣ ਲੱਗ ਗਿਆ, ਚੰਦ ਲਫ਼ਜ਼ਾਂ ਦੇ ਵਿੱਚ ਸਮੁੰਦਰ ਚ ਪੁੱਜੇ ਚ ਸਮੁੰਦਰ ਬੰਦ ਕਰਨ ਵਾਲੀ ਗੱਲ ਕਰੀ ਬਾਈ, ਚੰਦ ਲਫ਼ਜ਼ਾਂ ਲੋਕਾਂ ਨੂੰ ਸਮਝਾ ਕਿ ਜਿਹੜੀਆਂ ਨੀਤੀਆਂ ਗੈਰ ਦੇ ਸਮਝੌਤੇ, ਵਰਲਡ ਬੈਂਕ ਦੀਆਂ ਨੀਤੀਆਂ ਜਾਂ ਨਿਊ ਵਰਲਡ ਆਰਡਰ ਦੀਆਂ ਗੱਲਾਂ ਹੋ ਰਹੀਆਂ ਨੇ, ਇਹ ਸਾਡੇ ਲੋਕਾਂ ਲਈ ਕਿੰਨੀਆਂ ਖਤਰਨਾਕ ਹੋਣੀਆਂ, ਕਿਵੇਂ ਖਤਰਨਾਕ ਹੋਣੀਆਂ, ਇਹਨਾਂ ਤੋਂ ਆਪਾਂ ਹੱਲ ਕਿਵੇਂ ਪਾਉਣਾ। ਸੋ ਮੈਂ ਬਾਈ ਨੂੰ ਬੇਨਤੀ ਕਰੂੰਗਾ ਵੀ ਆਪਣੀ ਗੱਲ ਰੱਖੋ। ਬਾਈ ਜਾਇਓ ਨਾ, ਅਸੀਂ ਤੁਹਾਡੇ ਕੋਲ ਆਈਆਂ। ਇੱਕ ਅਸੀਂ ਬੇਨਤੀ ਮੈਂ ਹੋਰ ਕਰਦਾ, ਵਿਚਾਰੀ ਗੱਲ ਬਾਈ ਜੀ ਰੋਕ ਕੇ ਕਰਨ ਲੱਗੇ, ਆਪਣੀ ਗੱਲ ਸੁਣਾਊਗਾ ਬਾਈ, ਪੂਰੀ ਕਰੂਗਾ, ਸੁਣ ਲਿਓ ਦਿਮਾਗ ਨਾਲ। ਤੁਹਾਡੇ ਆਉਣ ਵਾਲੀਆਂ ਨਸਲਾਂ ਦੇ ਕੰਮ ਦੀ ਗੱਲ ਹੈ, ਤੁਹਾਡੇ ਭਵਿੱਖ ਦੀ ਗੱਲ ਹੈ, ਛੱਡਿਓ ਮੈਂ ਗੱਲ, ਬਹੁਤ ਜ਼ਰੂਰੀ ਗੱਲ ਹੈ ਵੀ ਜਿਹੜੀਆਂ ਨੀਤੀਆਂ ਅੱਜ ਆਉਣ ਲੱਗੀਆਂ ਨੇ, ਤੇ ਮੈਂ ਅਪੀਲ ਕਰੂੰਗਾ ਅਸੀਂ ਸਾਡੀ ਪੰਜਾਬੀ ਮਾਂ ਬੋਲੀ ਸਰਕਾਰ ਜਿਹੜੇ ਬੰਦੀ ਦੀ ਮੈਂਬਰਸ਼ਿਪ ਚੱਕੀ ਹੈ ਤੁਹਾਡੇ ਪਿੰਡ ਤੋਂ, ਜਿਹੜੇ ਵੀ ਨੌਜਵਾਨ, ਜਿਹੜੇ ਵੀ ਇਨਸਾਨ, ਚਾਹੇ ਕੋਈ ਬਜ਼ੁਰਗ ਹੈ, ਚਾਹੇ ਕੋਈ ਸਾਡੀ ਮਾਂ ਭੈਣ ਹੈ, ਸਾਡੀ ਉਹ ਜਥੇਬੰਦੀ ਦਾ ਮੈਂਬਰ ਬਣਨਾ ਚਾਹੁੰਦਾ, ਜਿਹੜਾ ਮਤਲਬ ਦਿਲੋਂ ਸਮਰਪਿਤ ਹੋ ਕੇ ਤੁਰੂ ਬਈ ਉਹ ਬਣਿਓ। ਕਈ ਵਾਰੀ ਆਪਾਂ ਨਾਰ ਕਰ ਦਿੰਦੇ ਹਾਂ ਕਿ ਬਾਈ ਅਸੀਂ ਵੀ ਹਾਂ, ਅਸੀਂ ਵੀ ਹਾਂ, ਉਹ ਨਾ ਕੰਮ ਕਰਿਓ, ਸਾਡੇ ਕੋਲ ਉਹ ਕੰਮ ਨਹੀਂ ਹੈਗਾ ਵੀ ਅਸੀਂ ਆਹ ਵੀ ਇਕੱਠਾ ਕਰਦੇ, ਆਹ ਵੀ ਕਰਦੇ, ਉਹ ਵੀ ਕਰਨਾ। ਅਸੀਂ ਕਹਿੰਦੇ ਸਮਝ ਵਾਲੇ ਪੰਡਾਲ ਤੁਰਿਓ, ਜੋ ਸਾਡੀ ਸੋਚ ਨੂੰ, ਸਾਡੀ ਸਮਝ ਨੂੰ, ਸਾਡੀ ਵਿਚਾਰ ਦਾ ਉਹ ਸਹੀ ਮੰਨਦੇ ਆ, ਉਹ ਬੰਦੇ ਸਾਡੇ ਨਾਲ ਜੁੜਿਓ। ਅਸੀਂ ਇਸ ਤੋਂ ਬਾਅਦ ਜੋ ਹਟੂਗਾ ਤਾਂ ਮੈਂਬਰਸ਼ਿਪ ਸਾਡੇ ਕੋਲ ਪਰਚੀ ਆ, ਜਾਇਓ ਸਾਡੀ ਜਥੇਬੰਦੀ ਦੇ ਮੈਂਬਰ ਬਣਨਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹ ਲਹਿਰ ਜਿਹੜੀ ਪੰਜਾਬ ਦੇ ਵਿੱਚ ਉਹ ਯਾਤਰਾ ਸ਼ੁਰੂਆਤ ਕੀਤੀ ਅਸੀਂ ਸ਼ੁਰੂ ਕੀਤੀ ਹੈ, ਇਹ ਪੂਰੇ ਪੰਜਾਬ ਚ ਲੈ ਕੇ ਜਾਣੀ ਆ। ਆਪਾਂ ਸਾਰੇ ਮੈਂ ਫਿਰ ਕਹਿੰਦਾ ਤਾਂ ਕਿ ਜੇ ਅਸੀਂ ਕੱਲ ਨੂੰ ਮੰਨ ਲਓ ਕੋਈ ਤੁਹਾਡੇ ਪਿੰਡ ਚ ਆਉਣਾ ਹੋਵੇ, ਹੁਣ ਅਸਲ ਸਮੱਸਿਆ ਕੀ ਆਈ, ਇੱਥੇ ਕੋਈ ਬੰਦਾ ਨਹੀਂ ਸੀ, ਫਿਰ ਤੋਂ ਤਲਵੰਡੀ ਤੋਂ ਬੰਦਿਆਂ ਨੇ ਇੱਥੇ ਫੋਨ ਕੀਤਾ ਵੀ ਯਾਰ ਬਾਈ ਪਿੰਡ ਹੋਕਾ ਦਵਾਇਓ, ਅਸੀਂ ਆਉਣਾ। ਹੁਣ ਜੇ ਸਾਡੀ ਟੀਮ ਬੈਠੀ ਹੋਊਗੀ ਸਾਨੂੰ ਸੌਖਾ ਹੋ, ਆਪਾਂ ਟੀਮ ਚੋਣਿਆ, ਪੂਰੇ ਪੰਜਾਬ ਸਾਡੀ ਟੀਮ ਬਣੇ, ਸਾਡਾ ਢਾਂਚਾ ਬਣੇ, ਤਾਂ ਕਿ ਜਦੋਂ ਵੀ ਕਿਤੇ ਕੋਈ ਲੋੜ ਪੈਂਦੀ ਹੈ ਕਿਸੇ ਮਸਲੇ ਦੇ ਉੱਤੇ, ਤਾਂ ਆਪਾਂ ਸਾਰੇ ਪੰਜਾਬ ਇਕੱਠੇ ਹੋ ਸਕੀਏ। ਸੋ ਮੈਂ ਅਪੀਲ ਕਰੂੰਗਾ ਬਾਈ, ਜਿਹੜੇ ਦਿਲੋਂ ਸਮਰਪਿਤ ਨੇ ਉਹ ਸਾਨੂੰ ਆਪਣਾ ਨਾਂ, ਸਾਡੀ ਮੈਂਬਰਸ਼ਿਪ ਜ਼ਰੂਰ ਕਟਾਇਓ, ਆਪਾਂ ਕੀ ਆਪਾਂ ਕੱਟਾਂਗੇ, ਤੇ ਬਾਅਦ ਧੂਣੀ ਪਾਓ ਤੇ ਰੁੱਖ ਜਾਣ ਦਾ ਪ੍ਰਬੰਧ ਕਰ ਦਿਓ, ਜਦੋਂ ਪਰ ਹੈ ਤੁਹਾਡੀ ਕੋਈ ਹੈ। ਸੋ ਬਾਈ ਦੀ ਗੱਲ ਧਿਆਨ ਨਾਲ ਸੁਣਿਓ। ਉਹਨਾਂ ਦਾ ਜਿਹੜਾ ਸਾਰਾ ਕੁਝ
ਉਹਨਾਂ ਨੇ ਕੀ ਬੋਲਣਾ ਕੀ ਖਾਣਾ ਕੀ ਉਹ ਟੇਬਲ ਕਰ ਸਕਦੇ ਨਹੀਂ ਕਰ ਸਕਦੇ ਜਿਹੜਾ ਸਿੱਕਾ ਬਣਦਾ ਉਹ ਚੀਜ਼ ਨੂੰ ਮਾਟੂ ਕਰਨ ਚ ਉਹ ਜ਼ਿਆਦਾ ਇੱਕ ਚੀਜ਼ ਆ ਉਹਦੇ ਚ ਜਿਹੜੀ ਖੇਤੀ ਆ ਜਿਹੜੀ ਖੇਤੀ ਆ ਜਾਂ ਕਿਸਾਨੀ ਆ ਜਾਂ ਆਪਣੇ ਕੋਲ ਪਸ਼ੂ ਧਨ ਆ ਉਹ ਜਿੰਨਾ ਚਿਰ ਉਹ ਸਾਡੇ ਕੋਲ ਆ ਓਨਾ ਚਿਰ ਉਹ ਚੀਜ਼ ਦਾ ਸਿੱਕਾ ਹੈਗਾ ਇਦਾਂ ਕਰਕੇ ਮੁਲਕਾਂ ਚ ਯੂਰਪ ਨੌਰਥ ਅਮਰੀਕਾ ਚ ਉੱਥੇ ਕਿਸਾਨੀ ਤੋਂ ਉਹਨਾਂ ਨੇ ਖੇਤੀ ਖੋਹ ਕੇ ਕਾਰਪੋਰੇਸ਼ਨਾਂ ਨੇ ਆਪਦੇ ਆਪ ਵੀ ਕਰਨੀ ਹੁਣ ਇੱਥੇ ਜਿਹੜਾ ਆਪਾਂ ਖੇਤੀ ਕਰੋੜ ਬੱਚੇ ਪਿੱਛੇ ਕਰਾਇਆ ਇਹ ਤੇ ਉਹਦਾ ਉਹ ਜੇ ਆਪਾਂ ਨੂੰ ਲੱਗਦਾ ਵੀ ਉਹ ਕੂਕ ਤੇਰਾ ਉਹ ਟਾਲਦੇ ਪਰ ਉਹ ਚਲੀ ਨੀ ਗੱਲ ਅਸਲੀ ਹੈਗੀ ਉਹ ਦੂਜੇ ਤਰੀਕੇ ਰਾਹੀਂ ਚਾਹੇ ਸਾਨੂੰ ਇੱਥੋਂ ਪ੍ਰਵਾਸ ਰਾਹੀਂ ਚਾਹੇ ਸਾਨੂੰ ਨਸ਼ਿਆਂ ਰਾਹੀਂ ਤੇ ਚਾਹੇ ਸਾਡੀਆਂ ਮਤਲਬ ਕਿ ਜ਼ਮੀਨਾਂ ਸਾਨੂੰ ਕਰਜ਼ੇ ਦੇ ਕੇ ਸਾਡੀਆਂ ਜ਼ਮੀਨਾਂ ਲੈਣ ਵਾਲੀ ਗੱਲ ਆ ਵੀ ਸਾਤੋਂ ਇਹ ਜ਼ਿਲ੍ਹਾ ਹੌਲੀ ਤਾਂ ਸਾਡਾ ਸਾਰਾ ਕੁਝ ਖਤਮ ਹੋ ਜਾਣਾ ਕਰਦਾ ਤੇ ਇਹ ਗੱਲਾਂ ਥੋੜੀਆਂ ਜਿਹੀਆਂ ਤਕਨੀਕੀ ਗੱਲਾਂ ਨੇ ਇਹ ਮਤਲਬ ਕਿ ਸਿੱਧੇ ਲਾਭਾਂ ਚ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਦੋ ਸਮਝ ਆ ਜਾਏ ਵੀ ਇਹਦਾ ਕਰਕੇ ਦੋ ਤਿੰਨ ਗੱਲਾਂ ਨੇ ਵੀ ਇੱਕ ਤਾਂ ਜਿਵੇਂ ਹੁਣ ਪੰਜਾਬ ਪੰਜਾਬੀ ਦੀ ਆਪਾਂ ਗੱਲ ਕਰਦੇ ਆ ਹੁਣ ਜੇ ਬੋਲੀ ਦੀ ਗੱਲ ਆ ਇਹ ਬਹੁਤ ਆਮ ਲੋਕਾਂ ਨੂੰ ਲੱਗਦਾ ਵੀ ਯਾਰ ਉਹੀ ਆ ਗੱਲ ਇਹਦਾ ਵੀ ਬੋਲੀ ਦੀ ਕੀ ਗੱਲ ਆ ਕੁਛ ਨੀ ਹੁੰਦਾ ਹਰ ਆਪਾਂ ਪੰਜਾਬੀ ਬੋਲਦੇ ਆ ਪਰ ਇਹ ਗੱਲ ਕਿਉਂਕਿ ਮੈਂ ਬਾਹਰ ਵੀ ਲੈ ਕੇ ਆਇਆ ਆ ਮੇਰੇ ਥੋੜੇ ਥੋੜੇ ਨੇੜੇ ਆ ਉਹ ਬਾਹਰ ਪੈਦਾ ਹੋਏ ਪਰ ਉਹਨਾਂ ਨੂੰ ਪੜ੍ਹਨ ਪੰਜਾਬ ਚ ਲਾਇਆ ਕਾਰਨ ਕੀ ਮੈਂ ਇੱਕ ਮਿੰਟ ਮੈਂ ਧੰਨਵਾਦ ਕਰਦਾ ਬਾਈ ਦਾ ਮੇਰੇ ਚੇਤੇ ਜੋ ਗੱਲ ਨਿਕਲ ਗਈ ਸੀ ਮੈਂ ਬਹੁਤ ਜ਼ੋਰ ਲਾਉਣਾ ਵਤਨ ਵਾਪਸੀ ਦਾ ਕਿ ਅਸੀਂ ਪੰਜਾਬ ਦੀ ਧਰਤੀ ਤੇ ਮੁੜ ਗਏ ਬਹੁਤ ਬਾਹਰਲਿਆਂ ਨੂੰ ਮੈਂ ਸੁਨੇਹਾ ਦਿੰਦਾ ਕਿ ਬਾਈ ਮੁੜਿਓ ਜਿਹੜਾ ਨਾ ਛੱਡ ਕੇ ਜਾਓ ਆਪਣੇ ਜਿਹੜਾ ਨਾ ਆ ਕੇ ਜੁੜੋ ਪੰਜਾਬ ਦੀ ਧਰਤੀ ਨਾਲ ਜੁੜੋ ਇਹ ਬਾਈ ਆਸਟ੍ਰੇਲੀਆ ਦਾ ਪੱਕਾ ਸੀ ਕੀਰਾ ਸੀ ਬਾਈ ਇਹਦੀ ਇੱਕ ਆਸਟ੍ਰੇਲੀਆ ਦੀ ਜਿਹੜੀ ਪੱਕੀ ਉੱਥੋਂ ਦੀ ਜਿਹੜੀ ਸੀਗੀ ਪਰ ਇਹ ਬੰਦਾ ਇਹ ਇਨਸਾਨ ਆਪਣੇ ਜਵਾਕਾਂ ਨੂੰ ਲੈ ਕੇ ਸਾਡੇ ਨਾਲ ਭਜਦੇ ਆ ਫਿਰ ਨਾਲਾ ਸਾਡੇ ਜਵਾਕਾਂ ਨੂੰ ਚਿੱਟਾ ਮਾਰ ਦੂ ਆਹ ਸਿਸਟਮ ਹੋ ਗਿਆ ਇਹ ਜਵਾਕਾਂ ਨੂੰ ਪੜ੍ਹਨ ਕਿਉਂ ਲੈ ਕੇ ਜਵਾਕ ਆਪਣੀ ਮਿੱਟੀ ਨਾਲ ਜੁੜਨ ਆਪਣੀ ਵਿਰਾਸਤ ਨਾਲ ਜੁੜਨ ਜਿਹੜੇ ਬੰਦੇ ਵਿਰਾਸਤਾਂ ਨਾਲ ਜੁੜੇ ਹੁੰਦੇ ਆ ਮਿੱਟੀਆਂ ਨਾਲ ਜੁੜੇ ਹੁੰਦੇ ਆ ਉਹ ਬੰਦੇ ਆਪਣੀਆਂ ਮਿੱਟੀਆਂ ਲਈ ਆਪਣੀਆਂ ਵਿਰਾਸਤਾਂ ਲਈ ਮਰ ਵੀ ਜਾਂਦੇ ਉਹ ਪਿੱਛੇ ਨਹੀਂ ਹਟਦੇ ਹੁੰਦੇ ਸੋ ਜਿਹਨਾਂ ਨੂੰ ਮੋਹ ਹੁੰਦਾ ਅੰਦਰ ਮੁਹੱਬਤ ਹੁੰਦੀ ਆ ਸੋ ਮੈਂ ਇਸ ਗੱਲੋਂ ਧੰਨਵਾਦ ਕਰਦਾ ਬਾਈ ਦਾ ਬਾਈ ਆਪਣੀ ਗੱਲ ਜਾਰੀ ਰੱਖੀ ਅੱਜ ਆਪਾਂ ਗੱਲ ਕਰ ਰਹੇ ਸੀ ਮੇਨ ਜਿਹੜੀ ਇਹ ਨਵੀਂ ਨਿਊ ਵਰਲਡ ਆਰਡਰ ਦੇ ਤਹਿਤ ਜ਼ਮੀਨ ਕਲਾਮ ਨੀਤੀ ਦਾ ਹੈਗਾ ਉਹਦੀਆਂ ਦੋ ਤਿੰਨ ਚੀਜ਼ਾਂ ਨੇ ਇੱਕ ਤਾਂ ਆਪਾਂ ਖੇਤੀ ਦੀ ਗੱਲ ਕਰਦੀ ਪਸ਼ੂ ਧਨ ਦੀ ਗੱਲ ਕਰਦੀ ਇਹ ਹੌਲੀ ਹੌਲੀ ਤੁਹਾਡੇ ਤੋਂ ਛਡਾਉਣੀਆਂ ਨੇ ਚਾਹੇ ਕਿਸੇ ਰੂਪੀ ਜਿਹੜੀਆਂ ਇਹ ਨੀਤੀਆਂ ਨੇ ਉਹ ਖੋਣੀਆਂ ਤੁਹਾਡੇ ਤੋਂ ਚਾਹੇ ਤੁਹਾਨੂੰ ਇੱਥੋਂ ਬਾਹਰ ਭੇਜਣਾ ਚਾਹੇ ਸ਼ਹਿਰ ਭੇਜਣਾ ਪਿੰਡਾਂ ਚੋਂ ਵੀ ਜਿਹੜੇ ਜਿਵੇਂ ਮੇਨ ਗੱਲ ਆ ਪੰਜਾਬ ਬਚਾਉਣ ਦੀ ਤਾਂ ਪਿੰਡ ਬਚਾਉਣ ਦੀ ਆਪਾਂ ਗੱਲ ਇਹ ਨਾਲ ਐਡ ਕਰਨੀ ਆ ਵੀ ਜਿਹੜਾ ਪਿੰਡਾਂ ਦਾ ਰਹਿਣ ਸਹਿਣ ਆ ਜਾਂ ਪਿੰਡਾਂ 'ਚ ਅਸੀਂ ਆਪਾਂ ਸਵੈ ਨਿਰਭਰ ਜ਼ਿਆਦੇ ਆ ਸਿਸਟਮ 'ਤੇ ਨਿਰਭਰਤਾ ਘੱਟ ਆ ਜਿਵੇਂ ਪਿੱਛੇ ਜੇ ਆਪਾਂ ਦੇਖਿਆ ਜਿਹੜੇ ਆ ਲੋਕਡਾਊਨ ਲੱਗੇ ਸੀਗੇ 2022 ਬੰਦ ਸੀ ਉਦੋਂ ਜਿਹੜੇ ਸ਼ਹਿਰੀ ਲੋਕ ਸੀਗੇ ਸ਼ਹਿਰਾਂ 'ਚ ਲੋਕ ਰਹਿੰਦੇ ਸੀ ਉਹ ਆਪਣੇ ਤੰਗ ਹੋਏ ਕਾਰਨ ਤੰਗ ਕਿਉਂ ਹੋਏ ਕਿਉਂਕਿ ਰੋਜ਼ਮਰਾ ਦੀ ਜਿਹੜੀ ਖਾਣ ਵਾਲੀ ਚੀਜ਼ ਆ ਚਾਹੇ ਭੋਜਨ ਆ ਚਾਹੇ ਦੁੱਧ ਆ ਸਬਜ਼ੀ ਆ ਉਹ ਸਾਰੀ ਉਹਨਾਂ ਦੇ ਉੱਥੇ ਕੋਲੇ ਬਣਦੀ ਨਹੀਂ ਉਹਨਾਂ ਦੇ ਘਰਾਂ 'ਚ ਨਹੀਂ ਛੋਟੇ ਛੋਟੇ ਘਰ ਆ ਗੱਲ ਤੇ ਉਹ ਚੀਜ਼ ਪਿੰਡਾਂ 'ਚ ਜਾਂਦੀ ਆ ਉਹ ਬੰਦੇ ਬਹੁਤ ਔਖੇ ਹੋਏ ਪਿੰਡਾਂ 'ਚ ਸਾਨੂੰ ਜਿਹੜੀਆਂ ਪੌਂਦੀਆਂ ਲੱਗੀਆਂ ਸਾਨੂੰ ਉਹਦੇ ਬਾਰੇ ਕੋਈ ਮਤਲਬ ਕਿ ਬੜਾ ਫਰਕ ਨਹੀਂ ਪਿਆ ਕਿਉਂਕਿ ਸਾਡੇ ਕੋਲ ਜਿਹੜੇ ਸਾਡੇ ਜੀਵਨ ਨਿਰਵਾਹ ਦੀ ਚੀਜ਼ਾਂ ਸੀਗੀਆਂ ਸਾਡੇ ਕੋਲੇ ਸੀਗੀਆਂ ਤੇ ਇਹਨਾਂ ਕਰਕੇ ਕੁਛ ਸੂਝਵਾਨ ਸੱਜਣਾ ਨੇ ਕਹਿੰਦੇ ਕਿ ਭਾਰਤ ਪੰਜਾਬ 'ਚ ਨਹੀਂ ਵਿਦੇਸ਼ਾਂ 'ਚ ਵੀ ਲੋਕਾਂ ਨੇ ਸ਼ਹਿਰਾਂ ਨੂੰ ਛੱਡ ਕੇ ਉਹ ਪਿੰਡਾਂ 'ਚ ਮੰਗਵਾਇਆ ਗੋਰੇ ਪਿਛਲੇ 3-4 ਸਾਲਾਂ ਤੋਂ ਯੂਰਪ ਦੇ ਕੈਨੇਡਾ ਦੇ ਹੋਰ ਮੁਲਕਾਂ ਦੇ ਸੜਕਾਂ 'ਤੇ ਨੇ ਉਹ ਉਹਨਾਂ ਨੂੰ ਇਹ ਸਮਝ ਲੱਗ ਗਈ ਵੀ ਇਹ ਜਿਹੜੀ ਨਵੀਂ ਗੁਲਾਮੀ ਆ ਇਹ ਸਾਡੇ ਲਈ ਬੜੀ ਖਤਰਨਾਕ ਆ ਉਹ ਤੁਸੀਂ ਦੇਖੋ ਜਿਵੇਂ ਕੈਨੇਡਾ 'ਚ ਵੀ ਸਟੇਟ ਐਮਰਜੈਂਸੀ ਲੱਗੀ ਸੀਗੀ 2 ਸਾਲ ਪਹਿਲਾਂ
ਕਿ ਸਰਕਾਰ ਕਹਿੰਦੀ ਵੀ ਤੁਸੀਂ ਇੱਕ ਟੀਕੇ ਤੋਂ ਬਿਨਾ ਤੁਸੀਂ ਇੱਧਰ ਉੱਧਰ ਤੁਰ ਨਹੀਂ ਸਕਦੇ, ਪਰ ਉਹ ਲੋਕ ਕਹਿੰਦੇ ਵੀ ਸਾਡਾ ਜਿਹੜਾ ਸਰੀਰ ਹੈ ਸਾਡੀ ਮਲਕੀਅਤ ਆ, ਇਹਦੇ 'ਚ ਤੁਸੀਂ ਜਬਰੀ ਕੁਛ ਵੀ ਨਹੀਂ ਕਰ ਸਕਦੇ, ਇਹ ਸਾਡੀ ਮਰਜ਼ੀ, ਅਸੀਂ ਬਿਮਾਰ ਹਾਂ ਸਾਨੂੰ ਲੱਗਦਾ ਵੀ ਅਸੀਂ ਚੀਜ਼ ਤੁਹਾਡੀ ਲਵਾਂਗੇ, ਨਹੀਂ ਨਹੀਂ ਲਵਾਂਗੇ। ਸਰਕਾਰ ਨੇ ਕੀ ਕੀਤਾ, ਜਿਵੇਂ ਇੱਥੇ ਕਿਸਾਨ ਅੰਦੋਲਨ ਦੌਰਾਨ ਵੀ ਹੋਇਆ ਗੱਲ, ਉਸੇ ਤਰ੍ਹਾਂ ਉੱਥੇ ਵੀ ਉਹਨਾਂ ਦੀ ਆਟੋਮਾਨ 'ਚ ਰਾਜਧਾਨੀ 'ਚ ਆਪਣੇ ਪੰਜਾਬੀਆਂ ਨੂੰ, ਬਹੁਤਿਆਂ ਨੂੰ ਮੈਂ ਪੁੱਛਿਆ ਵੀ ਇੱਥੇ ਕੁਛ ਚੱਲਦਾ ਹੋਣਾ ਪ੍ਰੋਟੈਸਟ, ਉਹਨਾਂ ਨੂੰ ਪਤਾ ਹੀ ਨਹੀਂ। ਸੋ ਆਪਣੇ ਲੋਕ ਤਾਂ ਪ੍ਰਾਪਤ ਉੱਥੇ ਕੰਮ ਦੀ ਲੱਗੇ ਰਹਿੰਦੇ ਆ, ਉਹ ਉੱਥੇ ਨਹੀਂ ਦੇਖਦੇ ਵੀ ਕੀ ਨੀਤੀਆਂ ਆ ਰਹੀਆਂ, ਕੀ ਆਸੇ ਵਾਲੇ ਦੌਰੇ ਚੱਲ ਰਿਹਾ, ਕਿਉਂਕਿ ਸਵੇਰੇ ਸਾਰੇ ਲੰਘ ਜਾਂਦੇ ਆ ਤੇ ਸ਼ਾਮ ਨੂੰ ਆਉਂਦੇ ਨੇ, ਤੇ ਉਹਨਾਂ ਕੋਲ ਟਾਈਮ ਹੀ ਹੋਈਗਾ।